ਮੇਰਾ ਨਾਮ ਰਿੰਕੂ ਬਟਵਾਲ ਜੀ। ਅੱਜ ਜੀ ਪ੍ਰਭੂ ਦੀ ਕਿਰਪਾ ਦੇ ਨਾਲ ਜਿਹੜਾ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਸ਼੍ਰੀ ਅਯੋਧਿਆ ਦੇ ਵਿੱਚ ਰਾਮਲੀਲਾ ਜੀ ਨੂੰ ਨਿਵਾਸ ਮਿਲਿਆ, ਉਹਦੇ ਸੰਬੰਧ ਦੇ ਵਿੱਚ ਇੱਕ ਯਾਤਰਾ ਅਸੀਂ ਸ਼੍ਰੀ ਗੋਬਿੰਦ ਯਾਤਰਾ ਸੇਵਾ ਵੱਲੋਂ ਆਯੋਜਿਤ ਕਰ ਰਹੇ ਹਾਂ, ਜਿਹੜੀ ਯਾਤਰਾ ਕਿ ਸਤੰਬਰ ਮਹੀਨੇ ਵਿੱਚ ਜਾਣੀ ਹੈ। ਅੱਜ ਉਹਦੀ ਬੁਕਿੰਗ ਦੇ ਨਾਲ ਹਰੀਨਾਮ ਸੰਕੀਰਤਨ ਦਾ ਅਸੀਂ ਕੀਰਤਨ ਕੀਤਾ ਆ, ਅਤੇ ਨਾਲ ਹੀ ਨਾਲ ਜਿਹੜੇ ਅਯੋਧਿਆ ਜਾਣ ਵਾਲੇ ਯਾਤਰੀ ਹੈ ਉਹਨਾਂ ਦੀ ਬੁਕਿੰਗ ਕੀਤੀ ਹੈ। ਲਗਭਗ 90 ਦੇ ਕਰੀਬ ਜਿਹੜੇ ਯਾਤਰੀ ਆ ਉਹ ਸਾਡੇ ਨਾਲ ਸ਼ਾਮਿਲ ਹੋ ਰਹੇ ਆ। ਇਹ ਜਿਹੜੀ ਯਾਤਰਾ ਜੀ ਹੈ ਅਯੋਧਿਆ ਧਾਮ ਤੋਂ ਸ਼ੁਰੂ ਹੋਏਗੀ, ਉਸ ਤੋਂ ਬਾਅਦ ਪ੍ਰਯਾਗਰਾਜ ਇਸ਼ਨਾਨ, ਉਸ ਤੋਂ ਬਾਅਦ ਉਜੈਨ ਜੋਤਿਰਲਿੰਗ, ਓਮਕਾਰੇਸ਼ਵਰ ਜੋਤਿਰਲਿੰਗ, ਉਸ ਤੋਂ ਬਾਅਦ ਸੋਮਨਾਥ ਜੋਤਿਰਲਿੰਗ ਦਰਸ਼ਨ ਕਰਦੇ ਹੋਏ ਦੁਆਰਕਾਧੀਸ਼ ਜਾ ਕੇ ਯਾਤਰਾ ਦੀ ਵਾਪਸੀ ਹੋਏਗੀ। ਸੰਗਤ ਦਾ ਉਤਸਾਹ ਤੁਸੀਂ ਖੁਦ ਵੇਖ ਸਕਦੇ ਹੋ ਕਿ ਦੇਖੋ ਹਾਲੇ ਜਾਣ ਨੂੰ ਲਗਭਗ ਤੁਸੀਂ ਕਹਿ ਸਕਦੇ ਹੋ ਕਿ 4 ਮਹੀਨੇ ਪਏ ਹੋਏ ਆ, ਲੇਕਿਨ ਅੱਜ ਹੀ ਸਾਡੇ ਕੋਲ 90 ਸੀਟਾਂ ਦੀ ਬੁਕਿੰਗ ਹੋ ਚੁੱਕੀ ਹੈ, ਔਰ ਜਿਹਨੂੰ ਨਾਲ ਹੀ ਅਸੀਂ ਬੁਕਿੰਗ ਨੂੰ ਮਤਲਬ ਇੱਥੇ ਹੀ ਬੰਦ ਕਰਾਂਗੇ ਔਰ ਪਹਿਲੇ ਸਾਰਾ ਦੇਖ ਕੇ ਅਰੇਂਜ ਅੱਗੇ ਦਾ ਜੋ ਵੀ ਯਾਤਰੀਆਂ ਦੀ ਸਹੂਲਤ ਹੈਗੀ ਆ ਉਹਨੂੰ ਦੇਖ ਕੇ ਆਪਾਂ ਅੱਗੇ ਟਿਕਟਾਂ ਹੋਰ ਜੇ ਕੋਈ ਗੁੰਜਾਇਸ਼ ਹੋਏਗੀ ਜ਼ਰੂਰ ਆਪਾਂ ਬੁੱਕ ਕਰਾਂਗੇ। ਬਿਲਕੁਲ ਜੀ, ਸਾਡਾ ਤਾਂ ਜਿਹੜਾ ਇੱਕ ਕਹਿ ਲਓ ਕਿ ਧਾਰਮਿਕ ਯਾਤਰਾ ਆਯੋਜਿਤ ਕਰਨ ਦਾ ਹੀ ਸਾਡਾ ਹੈਗਾ ਸਾਰਾ ਮੇਨ, ਔਰ ਬੜੇ ਹੀ ਮਤਲਬ ਭਾਗਾਂ ਵਾਲੇ ਆ ਅਸੀਂ, ਜਿਹੜੇ ਸਾਡੀ ਪੀੜ੍ਹੀ ਜਿਹੜੀ ਹੈ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਬਣਿਆ ਉਹਨੂੰ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਣ ਜਾ ਰਹੇ ਹਾਂ, ਔਰ ਲਗਾਤਾਰ ਲੋਕ ਅਯੋਧਿਆ ਦੇ ਵਿੱਚ ਕਾਫੀ ਵੱਡੀ ਸੰਖਿਆ ਦੇ ਵਿੱਚ ਲੋਕ ਰੋਜ਼ ਜਾ ਰਹੇ ਆ ਦਰਸ਼ਨ ਕਰਨ ਵਾਸਤੇ। ਉਹਨਾਂ ਵਿੱਚੋਂ ਸਾਨੂੰ ਵੀ ਸੁਭਾਗਿਆ ਪ੍ਰਾਪਤ ਹੋਇਆ ਜਿਨ੍ਹਾਂ ਨੇ ਅੱਜ ਟਿਕਟਾਂ ਬੁੱਕ ਕਰਾਈਆਂ ਹੈਗੀਆਂ, ਔਰ ਜਿਹੜੀ ਦੁਆਰਕਾ ਦੀ ਇੱਥੇ ਯਾਤਰਾ ਵੀ ਇਹਦੇ ਨਾਲ ਹੀ ਅਸੀਂ ਜੋੜੀ ਗਈ ਹੈ। ਇਹ ਟੋਟਲ ਜਿਹੜਾ ਪ੍ਰੋਗਰਾਮ ਹੋਏਗਾ ਜੀ 10 ਦਿਨ ਦਾ ਹੋਏਗਾ, 20 ਸਤੰਬਰ ਨੂੰ ਯਾਤਰਾ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਜਾਏਗੀ ਔਰ 29 ਤਰੀਕ ਨੂੰ ਰਾਤ ਨੂੰ ਅੰਮ੍ਰਿਤਸਰ ਵਾਪਸ ਆਏਗੀ। ਕੁਮਾਰ ਹਾਂਡਾ ਇਸ ਸੰਘ ਦੇ ਨਾਲ ਪਿਛਲੇ 3-4 ਸਾਲਾਂ ਤੋਂ ਜੁੜਿਆ, ਔਰ ਇਹ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਯਾਤਰਾ ਲੈ ਕੇ ਜਾਂਦੇ ਨੇ, ਅਤੇ ਸਾਨੂੰ ਬੜਾ ਮਾਣ ਆ ਇਹਨਾਂ 'ਤੇ ਕਿ ਇਹਨਾਂ ਨੇ ਬੜੇ ਹੀ ਜਿੰਨੀਆਂ ਵੀ ਯਾਤਰਾ ਹੁਣ ਤੱਕ ਅਸੀਂ ਇਹਨਾਂ ਦੇ ਨਾਲ ਕੀਤੀਆਂ, ਬੜੇ ਸੁਚੱਜੇ ਢੰਗ ਨਾਲ ਇਹਨਾਂ ਨੇ ਉਹਦਾ ਨਿਪਟਾਰਾ ਕੀਤਾ। ਹੁਣ ਅਯੋਧਿਆ 'ਚ ਕਿਉਂਕਿ ਹਿੰਦੂ ਧਰਮ ਦੇ ਲਈ ਇੱਕ ਬੜੇ ਮਾਣ ਫਖਰ ਦੀ ਗੱਲ ਹੈ ਕਿ ਉੱਥੇ ਸਾਡਾ ਭਗਵਾਨ ਸ਼੍ਰੀ ਰਾਮ ਦਾ ਜਨਮ ਸਥਾਨ ਦੇ ਉੱਤੇ ਮੰਦਰ ਬਣ ਰਿਹਾ, ਅਤੇ ਉਹਦੇ ਮੰਦਰ ਦੇ ਦਰਸ਼ਨਾਂ ਲਈ ਇਹਨਾਂ ਨੇ ਇੱਕ ਯਾਤਰਾ ਦਾ ਆਯੋਜਨ ਕੀਤਾ, ਅਤੇ ਯਾਤਰੀ ਜਿਹੜੇ ਵੱਧ ਚੜ੍ਹ ਕੇ ਉਹਦੇ 'ਚ ਸੰਗਤ ਜਿਹੜੀ ਜਾ ਰਹੀ ਹੈ। ਅੱਜ ਦਾ ਉਤਸਾਹ ਵੇਖ ਲਓ ਤੁਸੀਂ ਕਿ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ 90 ਸੀਟਾਂ ਬੁੱਕ ਹੋ ਚੁੱਕੀਆਂ ਨੇ, ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਤਲਬ ਇਸਦੇ 'ਚ ਇਜ਼ਾਫਾ ਹੋਏਗਾ, ਅਤੇ ਸਾਰੀ ਜਿਹੜੀ ਯਾਤਰਾ ਪਰਮਾਤਮਾ ਦੀ ਕਿਰਪਾ ਨਾਲ ਸਫਲ ਹੋਏਗੀ, ਇਹੋ ਹੀ ਅਰਦਾਸ ਕਰਦੇ ਹਾਂ ਪਰਮਾਤਮਾ। ਇਹੋ ਹੀ ਆ ਕਿ ਪਰਮਾਤਮਾ ਨਾਲ ਜੁੜੋ, ਚਾਹੇ ਭਗਤੀ ਵੱਲ ਨਾਲ ਜੁੜੋ, ਚੰਗੇ ਕਰਮ ਕਰੋ, ਨਸ਼ਿਆਂ 'ਚ ਕੁਛ ਨਹੀਂ ਰੱਖਿਆ, ਨਸ਼ੇ ਜਿਹੜੇ ਆ ਉਹ ਉਹਨਾਂ ਨੇ ਪੀੜ੍ਹੀਆਂ ਦਾ ਪੀੜ੍ਹੀਆਂ ਨਾਸ ਕਰਤੀਆਂ। ਇਹੋ ਹੀ ਪੈਸਾ ਜਿਹੜਾ ਚੰਗੇ ਥਾਂ ਲਾਓ, ਭਗਵਾਨ ਦੇ ਦਰਸ਼ਨ ਕਰੋ, ਕੋਈ ਚੰਗੇ ਕਰਮ ਕਰੋ, ਕੋਈ ਲੰਗਰ ਲਾਓ, ਕੋਈ ਇਸ ਤਰ੍ਹਾਂ ਦੀ ਸੇਵਾ ਕਰੋ, ਕੋਈ ਗਰੀਬ ਦੀ ਮਦਦ ਕਰ ਸਕਦੇ ਹੋ ਜ਼ਰੂਰ ਕਰੋ। ਇਹਨਾਂ ਸ਼ਬਦਾਂ ਦੇ ਨਾਲ ਹੀ ਸਮਾਪਤ।